ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਿੰਸ ਅਰੋੜਾ ਗੱਲ ਕਰ ਰਿਹਾ ਜੀ, ਬਾਲਾਜੀ ਜੋਬ ਪਲੇਸਮੈਂਟ ਤੋਂ। ਅੱਜ ਮੈਮ ਸਿਟੀ ਮੋਗਾ ਤੋਂ ਕੋਮਲ ਜੀ ਸਾਡੇ ਕੋਲ ਆਏ ਹੋਏ ਨੇ। ਇਹਨਾਂ ਨੇ ਪਹਿਲਾਂ ਵੀ ਮਤਲਬ ਕਿ ਫਿਜੀਓਥਰੈਪੀ ਦੇ ਵਿੱਚ ਜੋਬ ਕੀਤੀ ਹੋਈ ਹੈ, ਅਤੇ ਸਾਡੀ ਏਜੰਸੀ ਵੱਲੋਂ ਅੱਜ ਇਹਨਾਂ ਦੀ ਜੋਬ ਡਨ ਹੋਈ ਹੈ, ਅਤੇ ਇਹਨਾਂ ਨੇ ਸਾਡੇ ਕੋਲੋਂ ਐਡਵਾਂਸ ਪੇਮੈਂਟ ਅਤੇ ਕੁਛ ਡਿਸਕਾਊਂਟ ਔਫਰਸ ਵੀ ਸਾਡੇ ਕੋਲੋਂ ਪ੍ਰਾਪਤ ਕੀਤੇ ਆ। ਅਤੇ ਕੋਮਲ ਮੈਮ, ਸਾਡੇ ਵੱਲੋਂ ਜੋ ਡਾਕੂਮੈਂਟ ਤੁਹਾਡਾ ਸਾਡੇ ਕੋਲ ਸੀਗਾ, ਤੁਸੀਂ ਪ੍ਰਸੀਵ ਕਰੋ। ਐਂਡ ਤੁਹਾਨੂੰ ਕਿਵੇਂ ਲੱਗੀ ਕੋਮਲ ਜੀ ਸਾਡੀ ਸਰਵਿਸ? ਬਹੁਤ ਵਧੀਆ ਲੱਗੀ ਤੁਹਾਡੀ ਸਰਵਿਸ, ਵੈਰੀ ਨਾਈਸ। ਕਿ ਮੈਂ ਬਹੁਤ ਜਗ੍ਹਾ 'ਤੇ ਟਰਾਈ ਕੀਤਾ ਸੀਗਾ ਕਿ, ਬਟ ਜੋ ਇੱਥੇ ਆ ਕੇ ਮੈਨੂੰ ਫੀਲ ਹੋਇਆ ਕਿ ਵੈਰੀ ਨਾਈਸ, ਬੈਸਟ ਬੈਸਟ ਤੁਸੀਂ ਹੋ। ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕੋਮਲ ਜੀ ਜਿਹੜੇ ਬੱਚੇ ਜੋਬ ਫਾਈਂਡ ਕਰ ਰਹੇ ਨੇ? ਕਈ ਵਾਰ ਕੁਛ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਪਲੇਟਫਾਰਮ, ਜਾਂ ਕਈ ਵਾਰ ਸੋਚਦੇ ਵੀ ਮੈਂ ਬਾਲਾਜੀ ਪਲੇਸਮੈਂਟ ਨੂੰ ਜਾਂ ਕਿਸੇ ਵੀ ਪਲੇਸਮੈਂਟ ਨੂੰ ਮੈਂ ਫੀਸ ਭਰਾਂ ਕਿ ਨਾ ਭਰਾਂ, ਅਤੇ ਉਹਦੇ ਬਾਰੇ ਕੀ ਸੋਚ, ਉਸ ਚੀਜ਼ ਨੂੰ ਕਿਵੇਂ ਐਕਸਪਲੇਨ ਕਰੋਗੇ ਤੁਸੀਂ? ਫਸਟ ਤਾਂ ਮੈਂ ਇਹੀ ਗੱਲ ਕਹੂੰਗੀ ਕਿ ਜਿਹੜੇ ਲੋਕ ਸੋਚਦੇ ਹਨ ਕਿ ਸਾਡੇ ਰੀਜਨਲ ਡਾਕੂਮੈਂਟ ਇਹ ਰੱਖ ਲੈਂਦੇ ਆ, ਇਹ ਗੱਲ ਗਲਤ ਆ ਕਿ ਬਿਲਕੁਲ ਵੀ ਨਹੀਂ। ਉਹ ਹੋਰ ਕੋਈ ਫਰੋਡ ਹੋਣਗੇ, ਬਟ ਬਾਲਾਜੀ ਵਾਲੇ ਨਹੀਂ, ਫਰੋਡ ਨਹੀਂ ਹੈਗੇ। ਅਤੇ ਉਹਨਾਂ ਨੇ ਮੈਨੂੰ ਰੀਜਨਲ ਡਾਕੂਮੈਂਟ ਮੇਰੇ ਵਾਪਸ ਕਰਤੇ ਅੱਜ ਦੇ ਅੱਜ ਹੀ, ਠੀਕ ਆ। ਬਾਕੀ ਸਰ ਨਾਲ ਜੇ ਤੁਸੀਂ ਕੰਨੈਕਟ ਕਰੋਗੇ, ਸਰ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝਾਉਣਗੇ ਕਿੱਦਾਂ ਕੀ ਆ ਕੀ ਨਹੀਂ, ਤੁਹਾਨੂੰ ਅੱਗੇ ਕਿੱਦਾਂ ਕਿਵੇਂ ਆਪਣਾ ਕਰੀਅਰ ਸਟਾਰਟ ਕਰਨਾ, ਸਰ ਤੁਹਾਨੂੰ ਚੰਗੀ ਤਰ੍ਹਾਂ ਗਾਈਡ ਕਰਕੇ ਹੀ ਸਮਝਾਉਣਗੇ। ਥੈਂਕ ਯੂ ਕੋਮਲ ਜੀ, ਤੁਹਾਡੇ ਨਾਲ ਵੀ ਗੱਲ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ। ਅਸੀਂ ਖੁਸ਼ ਹਾਂ ਤੁਹਾਡੀ ਜੋਬ, ਤੁਹਾਡੀ ਜਿਸ ਲਾਈਨ ਦੇ ਵਿੱਚ ਤੁਸੀਂ ਐਕਸਪੀਰੀਅੰਸ ਸੀਗੀ ਉਸੇ ਲਾਈਨ 'ਚ ਤੁਹਾਨੂੰ ਜਿਹੀ ਜੋਬ ਦੇ ਪਾਏ ਹਾਂ। ਤੁਹਾਡਾ ਡਾਕੂਮੈਂਟ ਅਸੀਂ ਤੁਹਾਨੂੰ ਉਸੇ ਟਾਈਮ ਦੇ ਸਕੇ, ਕਿਉਂਕਿ ਬਹੁਤ ਵਧੀਆ ਕੀਤਾ ਤੁਸੀਂ ਅੱਜ ਸਾਡੇ ਕੋਲ। ਡਿਸਕਾਊਂਟ ਔਫਰ ਲਿਆ ਤੁਸੀਂ, ਇੱਕ ਬੈਨੀਫਿਟ ਔਫਰ ਲਿਆ ਸਾਡੇ ਕੋਲੋਂ, ਠੀਕ ਹੈ। ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਇੱਦਾਂ ਹੀ ਸਾਨੂੰ ਪਿਆਰ ਦਿੰਦੇ ਰਹੀਓ, ਅਤੇ ਸਾਡੀ ਵੀਡੀਓ ਜ਼ਰੂਰ ਅਪਲੋਡ ਕਰਿਓ ਜੀ, ਸੋਰੀ ਵੀਡੀਓ ਜ਼ਰੂਰ ਸ਼ੇਅਰ ਕਰਿਓ।